पंजाब की समुची आबादी का दो तिहाई हिस्सा पिंडां विच रहिंदा है। पंजाब के पिंडां नूं खुशहाल बनाउण लई अते उत्थों दे लोकां दा जीवन पद्धर उच्चा चुकण लई जल सप्लाई ते सैनिटेशन विभाग कई तरह दे उपराले कर रहा है। विभाग वल्लों अपनियां सफल नीतियां अते कारजां द्वारा जिथे पिंडां दा आला दुआला साफ कर पिंडां दी नक्श नुहार बदली जा रही है, उत्थे पिंड दे लोकां नूं गंदगी तों पैदा होण वालियां बीमारियां तों वी निजात मिली है। मिशन स्वच्छ ते स्वस्थ पंजाब अधीन लखां ही परिवारां नूं घर घर पखाने दी सहूलत मुहैया करवाई गई। पिंडां दे सर्वपक्षी विकास लई चुके जा रहे वड्डे कदमां दी कड़ी विच विभाग वल्लों सेहत अते तंदरुस्ती लई हर घर पाणी हर घर सफाई मिशन अधीन कई तरह दे काम नेपरे चाड़े जा रहे हन। खुले विच शौच तो मुक्त स्थिति नूं बनाई रखण लई जिथे लोड़वंद परिवारां नूं घर विच पखाना बनाउण दी सहूलत दित्ती गई है, उत्थे ही पिंड पद्धर उत्ते सांझे पखाने दी उसारी दा काम वी जोरां शोरां नाल चलाया जा रहा है। विभाग अते ग्राम पंचायत दे सहयोग नाल पिंड दी सांझी थां ते 3 लाख रुपए दी राशि नाल सांझे पखाने दी उसारी कीती जा रही है तां जो पिंड दी साफ सफाई अते स्वच्छता नूं यकीनी बनाया जा सके। सांझे पखाने विच औरतां मर्दां अते अंगहीनां लई वख वख पखाने गुसलखाने दा प्रबंध कीता जा रहा है। ਸਾਡੇ ਪਿੰਡ ਵਿੱਚ ਸਾਂਝੇ ਪਖਾਨੇ ਬਣਨ ਨਾਲ ਲੋਕਾਂ ਨੂੰ ਬਹੁਤ ਸਹੂਲਤ ਮਿਲੀ ਹੈ ਔਰ ਜੋ ਖੇਤੀਬਾੜੀ ਲਈ ਮਜ਼ਦੂਰ ਇੱਥੇ ਆ ਕੇ ਰਹਿੰਦੇ ਹਨ ਉਹਨਾਂ ਨੂੰ ਵੀ ਬਹੁਤ ਸੌਖ ਮਿਲੀ ਹੈ। ਇਹਨਾਂ ਸਾਂਝੇ ਪਖਾਨਿਆਂ ਦਾ ਰੱਖ ਰਖਾਵ ਅਤੇ ਸਫਾਈ ਪੂਰੀ ਤਰ੍ਹਾਂ ਕੀਤੀ ਜਾਂਦੀ ਹੈ। ਪਿੰਡਾਂ ਦੇ ਲੋਕਾਂ ਨੂੰ ਬਿਮਾਰੀਆਂ ਦੇ ਖਤਰੇ ਤੋਂ ਬਚਾਉਣ ਅਤੇ ਸਾਫ਼ ਸਫਾਈ ਨੂੰ ਯਕੀਨੀ ਬਣਾਉਣ ਲਈ ਵਿਭਾਗ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਠੋਸ ਅਤੇ ਤਰਲ ਕੂੜੇ ਦੇ ਪ੍ਰਬੰਧਾਂ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਵਿਭਾਗ ਵੱਲੋਂ ਪਿੰਡਾਂ ਵਿੱਚ ਠੋਸ ਕੂੜੇ ਦੇ ਪ੍ਰਬੰਧ ਲਈ ਪ੍ਰੋਜੈਕਟ ਲਗਾਏ ਜਾ ਰਹੇ ਹਨ ਜਿੱਥੇ ਕੂੜੇ ਤੋਂ ਖਾਦ ਬਣਾਈ ਜਾ ਰਹੀ ਹੈ। ਪਹਿਲਾਂ ਤਾਂ ਜੀ ਸਾਡੇ ਪਿੰਡ ਵਿੱਚ ਕੂੜਾ ਸੀ ਜਿਹੜਾ ਜੀ ਉਹ ਗਲੀਆਂ 'ਚ ਵੀ ਜਿਵੇਂ ਲਿਫਾਫੇ ਸੀ ਨਾਲੀਆਂ 'ਚ ਵੜੀ ਜਾਂਦੇ ਜੀ ਅਤੇ ਹੁਣ ਵੀ ਸਾਡੇ ਪਿੰਡ ਦੇ ਵਿੱਚ ਕੂੜੇ ਵਾਲਾ ਭਾਈ ਅਸੀਂ ਲਾ ਦਿੱਤਾ ਜੀ ਸਾਡੇ ਪਿੰਡ ਨੇ ਅਤੇ ਉਹ ਸਾਰਾ ਕੂੜਾ ਲਾ ਜਾਂਦਾ ਜਿਹੜਾ ਵਾਧੂ ਹੁੰਦਾ ਸਾਡੇ ਪਿੰਡ ਵਿੱਚ ਬਹੁਤ ਸਫਾਈ ਰਹਿਣ ਲੱਗ। ਜਿੰਨਾ ਮਰਜ਼ੀ ਲਿਖ ਕੇ ਲਾ ਦਿਉ ਸਮਝਾ ਦਿਉ ਵੀ ਇੱਥੇ ਕੂੜਾ ਨਹੀਂ ਸੁੱਟਣਾ ਪਰ ਲੋਕ ਕਿੱਥੇ ਟਿਕਦੇ ਸੀ। ਹੁਣ ਜਦੋਂ ਦਾ ਪਿੰਡ 'ਚ ਪ੍ਰੋਜੈਕਟ ਲੱਗਿਆ ਪਿੰਡ ਦੀ ਸਫਾਈ ਵੀ ਰਹਿਣ ਲੱਗ ਪਈ ਅਤੇ ਖਾਦ ਨੂੰ ਵੇਚ ਕੇ ਜੋ ਪੈਸੇ ਮਿਲਦੇ ਨੇ ਉਸ ਨਾਲ ਪੰਚਾਇਤ ਦੀ ਆਮਦਨ ਵੀ ਵਧੀ ਹੈ। ਪਿੰਡਾਂ ਦੇ ਲੋਕਾਂ ਨੂੰ ਗੰਦੇ ਪਾਣੀ ਤੋਂ ਹੋਣ ਵਾਲੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਵੀ ਗਰਮ ਜੋਸ਼ੀ ਨਾਲ ਕੰਮ ਨੇਪਰੇ ਚਾੜੇ ਜਾ ਰਹੇ ਹਨ। ਘਰੇਲੂ ਅਤੇ ਸਮੂਹਿਕ ਪੱਧਰ ਉੱਤੇ ਸੋਕ ਪਿੱਟ ਬਣਾਏ ਜਾ ਰਹੇ ਹਨ ਜਿਸ ਨਾਲ ਮੁੱਢਲੇ ਪੱਧਰ ਤੇ ਹੀ ਗੰਦੇ ਪਾਣੀ ਦੇ ਨਿਪਟਾਰੇ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਪਿੰਡ ਪੱਧਰ ਉੱਤੇ ਛੱਪੜਾਂ ਦੇ ਨਵੀਨੀਕਰਨ ਰਾਹੀਂ ਗੰਦੇ ਪਾਣੀ ਦੇ ਨਿਪਟਾਰੇ ਦੇ ਨਾਲ ਨਾਲ ਉਸ ਪਾਣੀ ਨੂੰ ਸਿੰਚਾਈ ਲਈ ਵਰਤਨਯੋਗ ਬਣਾਇਆ ਜਾ ਰਿਹਾ ਹੈ। ਇਹਨਾਂ ਉਪਰਾਲਿਆਂ ਨਾਲ ਜਿੱਥੇ ਗੰਦੇ ਪਾਣੀ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਉੱਥੇ ਇਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਵਧੇਗਾ। ਜਿਹੜਾ ਇਹ ਪਲਾਂਟ ਸਾਡੇ ਪਿੰਡ ਦੇ ਵਿੱਚ ਲੱਗਿਆ ਮੇਰੇ ਖੇਤ ਦੇ ਵਿੱਚ ਜਿੱਥੇ 4 ਪਾਣੀ ਲੱਗਦੇ ਆ ਤਾਂ 2 ਪਾਣੀ ਸਾਨੂੰ ਇਸ ਸੱਪੜ ਦੇ ਵਿੱਚੋਂ ਬੜੀ ਆਸਾਨੀ ਦੇ ਨਾਲ ਮਿਲ ਜਾਂਦੇ ਆ। ਸਾਡੇ ਕਿਸਾਨ ਵੀਰਾਂ ਨੂੰ ਬਹੁਤ ਹੀ ਵੱਡਾ ਲਾਭ ਹੋਇਆ ਇਸ ਪਲਾਂਟ ਦਾ। ਪੰਜਾਬ ਦੇ ਪਿੰਡਾਂ ਨੂੰ ਮਿਲ ਰਹੀਆਂ ਇਹਨਾਂ ਮਿਆਰੀ ਸਹੂਲਤਾਂ ਸਦਕਾ ਅੱਜ ਪੰਜਾਬ ਦੇ ਪਿੰਡ ਵਿਕਾਸ ਦੀ ਰਾਹ ਤੇ ਚੱਲ ਰਹੇ ਹਨ। ਲੋਕਾਂ ਦੀ ਜੀਵਨ ਸ਼ੈਲੀ ਤੇ ਜੀਵਨ ਪੱਧਰ ਉੱਚਾ ਹੋਇਆ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਪ੍ਰਸ਼ਾਸਨ ਦੀ ਅੰਥਕ ਮਿਹਨਤ ਦਾ ਨਤੀਜਾ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਵਿਕਾਸ ਨਵਾਂਪਨ ਤੇ ਖੁਸ਼ਹਾਲ ਜੀਵਨ ਦੀ ਝਲਕ ਦਿਸਦੀ ਹੈ। ਇਸ ਮਿਸ਼ਨ ਅਧੀਨ ਵਿਭਾਗ ਪਿੰਡਾਂ ਦੇ ਵਿਕਾਸ ਅਤੇ ਸੁਨਹਿਰੇ ਭਵਿੱਖ ਲਈ ਵਚਨਬੱਧ ਹੈ।